ਸਾਧ ਸੰਗਤ ਜੀ, ਸੰਤ ਬਾਬਾ ਮਹਾਂ ਹਰਨਾਮ ਸਿੰਘ ਜੀ ਮਹਾਂਪੁਰਸ਼ਾਂ ਨੂੰ ਘਰ ਵਾਲੇ ਬਚਪਨ ਵਿੱਚ ਮਸਤਾਨਾ ਕਹਿ ਕਰਕੇ ਆਵਾਜ਼ ਮਾਰਿਆ ਕਰਦੇ ਸਨ, ਕਿਉਂਕਿ ਮਹਾਂਪੁਰਸ਼ ਗਰਮੀ ਸਰਦੀ ਅਤੇ ਭੁੱਖ ਪਿਆਸ ਦੀ ਕੋਈ ਪਰਵਾਹ ਨਹੀਂ ਕਰਦੇ ਸਨ। ਇੱਕ ਦਿਨ ਸਾਧ ਸੰਗਤ ਜੀ ਨਗਰ ਵਿੱਚ ਇੱਕ ਸਾਧੂ ਭਿੱਖਿਆ ਮੰਗਣ ਵਾਸਤੇ ਆਇਆ। ਉਹ ਭਿੱਖਿਆ ਮੰਗਦਾ ਮੰਗਦਾ ਮਹਾਂਪੁਰਸ਼ਾਂ ਦੇ ਘਰ ਆਇਆ ਅਤੇ ਦਰਵਾਜ਼ੇ ਉੱਤੇ ਆ ਕਰਕੇ ਉਹਨੇ 2-3 ਵਾਰੀ ਆਵਾਜ਼ ਮਾਰੀ। ਘਰ ਵਿੱਚ ਕੋਈ ਨਾ ਹੋਣ ਕਰਕੇ ਕੋਈ ਭਿੱਖਿਆ ਦੇਣ ਵਾਸਤੇ ਨਾ ਗਿਆ। ਸਾਧ ਸੰਗਤ ਜੀ ਉਹ ਸਾਧੂ ਅੱਗੇ ਵਿਹੜੇ ਵਿੱਚ ਆ ਗਿਆ। ਅੱਗੇ ਬਾਬਾ ਜੀ ਮੰਜਾ ਢਾਹ ਕਰਕੇ ਉੱਤੇ ਬੈਠੇ ਸਨ। ਉਹ ਸਾਧੂ ਨੇ ਆ ਕਰਕੇ 2-3 ਵਾਰੀ ਆਵਾਜ਼ ਮਾਰੀ, ਪਰ ਆਪ ਜੀ ਚੁੱਪ ਰਹੇ। ਜਦੋਂ ਤੀਸਰੀ ਵਾਰ ਉਹਨੇ ਆਵਾਜ਼ ਮਾਰੀ ਤਾਂ ਆਪ ਜੀ ਨੇ ਉਹਦੇ ਵੱਲ ਵੇਖਿਆ। ਉਹ ਥੱਲੇ ਬੈਠ ਗਿਆ ਅਤੇ ਆਪ ਜੀ ਦੇ ਹੱਥਾਂ ਪੈਰਾਂ ਦੀਆਂ ਰੇਖਾਵਾਂ ਵੇਖਣ ਲੱਗ ਪਿਆ। ਇੰਨੇ ਸਮੇਂ ਨੂੰ ਆਪ ਦੀ ਮਾਤਾ ਜੀ ਆ ਗਏ। ਸਾਧ ਸੰਤ ਜੀ ਉਹਨੇ ਦੂਰੋਂ ਵੇਖਿਆ ਕਿ ਮੇਰਾ ਲੜਕਾ ਉੱਤੇ ਮੰਜੇ 'ਤੇ ਬੈਠਾ ਅਤੇ ਸਾਧੂ ਥੱਲੇ ਬੈਠਾ ਹੈ। ਨੇੜੇ ਆ ਕਰਕੇ ਕਹਿਣ ਲੱਗੀ, ਮਸਤਾਨਿਆ, ਆਪ ਤੂੰ ਮੰਜੇ 'ਤੇ ਬੈਠਾ ਅਤੇ ਸਾਧੂਆਂ ਨੂੰ ਥੱਲੇ ਬਿਠਾਇਆ ਹੈ। ਬਾਂਹ ਤੋਂ ਫੜ ਕਰਕੇ ਠਾਉਣ ਲੱਗੀ। ਉਹ ਸਾਧੂ ਕਹਿਣ ਲੱਗਾ ਕਿ ਮਾਤਾ, ਇਹ ਤੇਰਾ ਲੜਕਾ ਹੈ? ਮਾਤਾ ਕਹਿਣ ਲੱਗੀ, ਹਾਂ ਮੇਰਾ ਲੜਕਾ ਹੈ। ਸਾਧੂ ਕਹਿਣ ਲੱਗਾ, ਮਾਤਾ ਇਹਨੂੰ ਮੰਜੇ ਉੱਤੇ ਬੈਠਾ ਰਹਿਣ ਦਿਓ, ਅਸੀਂ ਥੱਲੇ ਠੀਕ ਹਾਂ, ਅਸੀਂ ਇਹਦੇ ਦਰਸ਼ਨ ਕਰਕੇ ਨਿਹਾਲ ਹੋ ਗਏ ਹਾਂ। ਮਾਤਾ ਕਹਿਣ ਲੱਗੀ ਕਿ ਬਾਬਾ ਜੀ ਮੈਂ ਸਮਝੀ ਨਹੀਂ। ਉਹ ਸਾਧੂ ਕਹਿਣ ਲੱਗਾ ਕਿ ਮਾਤਾ, ਕਦੇ ਤੂੰ ਇਹਨੂੰ ਆਮ ਬੱਚਿਆਂ ਵਾਂਗ ਹੱਸਦਾ ਖੇਡਦਾ ਵੇਖਿਆ ਹੈ? ਮਾਤਾ ਕਹਿਣ ਲੱਗੀ, ਨਹੀਂ। ਕਹਿਣ ਲੱਗੇ, ਬਸ ਇੱਥੋਂ ਸਾਰੀ ਗੱਲ ਸਮਝ ਲੈ, ਇਹ ਕੋਈ ਆਮ ਬੱਚਾ ਨਹੀਂ। ਸਾਧ ਸੰਗਤ ਜੀ, ਮਾਤਾ ਜੀ ਕਹਿਣ ਲੱਗੇ, ਪ੍ਰਸ਼ਾਦਾ ਛਕ ਕਰਕੇ ਜਾਇਓ। ਉਹ ਸਾਧੂ ਪ੍ਰਸ਼ਾਦਾ ਛਕ ਕਰਕੇ ਗਿਆ।